ਤਾਂ ਮੈਂ ਜੋ ਆਵਾਜ਼ੇ ਕੌਮ ਚੈਨਲ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਨਗਰ ਵਿੱਚ ਇੱਥੇ ਪਹੁੰਚਿਆ। ਸਾਡੇ ਨਗਰ ਵਿੱਚ ਇੱਕ ਪਿੰਡ ਦੇ ਤੌਰ ਤੇ ਇੱਕ ਇਕੱਠ ਕੀਤਾ ਗਿਆ ਹੈ ਜੋ ਕਿ ਦਿੱਲੀ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਕਿਸਾਨ ਮਜ਼ਦੂਰਾਂ ਦਾ ਜਿਹੜਾ ਸੰਘਰਸ਼ ਹੈ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ, ਆਉਣ ਵਾਲਾ ਇਹ ਵੀ ਲੱਗਦਾ ਟਾਈਮ ਹਲੇ ਲੰਮਾ ਸਮਾਂ ਇਹ ਘੋਲ ਨੇ ਚੱਲਣਾ, ਜੋ ਕਿ ਅਫਵਾਹਾਂ ਸੀਗੀਆਂ ਵੀ 26 ਤਰੀਕ ਤੋਂ ਬਾਅਦ ਉੱਥੇ ਕਿਸਾਨ ਘਟ ਗਏ, ਹਾਲੇ ਤੱਕ ਕੋਈ ਉੱਥੇ ਕਿਸਾਨ ਘਟੇ ਨਹੀਂ, ਕਿਸਾਨ ਉਸੇ ਤਰ੍ਹਾਂ ਜਾ ਵੀ ਰਹੇ ਆ ਤੇ ਬੈਠੇ ਵੀ ਆ। ਤੇ ਅੱਜ ਜਿਹੜਾ ਨਗਰ ਦਾ ਸੀਗਾ ਕੰਮ, ਮਤਲਬ ਅੱਜ ਨਗਰ ਦੇ ਵਿੱਚ ਇੱਕ ਇਹੀ ਮਤਾ ਪਾਸ ਕੀਤਾ ਗਿਆ ਵੀ ਇੱਕ ਨਾ ਪਿੰਡ ਦੇ ਵਿੱਚੋਂ ਦੋਨੇ ਪੰਚਾਇਤਾਂ ਵੱਲੋਂ ਦੋਨੇ ਪਿੰਡਾਂ ਵੱਲੋਂ ਇੱਕ ਸਾਂਝੀ ਕਮੇਟੀ ਬਣਾਉਣੀ ਹੈ 11 ਜਾਂ 22 ਮੈਂਬਰ, ਉਹ ਜੇ ਕਿ ਪਿੰਡ ਦੇ ਵਿੱਚ ਦੇਖ ਰੇਖ ਰੱਖਣਗੇ, ਮਤਲਬ ਕੀ ਸਿਸਟਮ ਤੇ ਜਿਵੇਂ ਕੋਈ 2 ਰੁਪਏ ਇਕੱਠੇ ਕਰਨੇ ਆ ਉੱਥੇ ਬੰਦੇ ਭੇਜਣੇ ਆ, ਉਹ ਇੱਕ ਕਮੇਟੀ ਚੁਣਾਂਗੇ, ਉਹ ਕਮੇਟੀ ਦੇ ਨਾਂ ਦੇਵਾਂਗੇ, ਜਿਹੜੇ ਬੰਦਿਆਂ ਨੇ ਜਾਣਾ ਉਹ ਕਮੇਟੀ ਕੋਲ ਹੀ ਲਿਖਾਣ ਵੀ ਅਸੀਂ ਜਾਣਾ, ਉਸੇ ਕਮੇਟੀ ਨੇ ਉੱਥੇ ਦੇਖਣਾ ਵੀ ਉੱਥੇ ਆਪਾਂ ਕੀ ਚੀਜ਼ ਭੇਜਣੀ ਹੈ, ਕੀ ਚੀਜ਼ ਦੀ ਥੋੜ ਹੈ। ਤਾਂ ਕਰਕੇ ਅਸੀਂ ਇੱਕ ਮਤਲਬ ਸੰਯੁਕਤ, ਜਿਵੇਂ ਆਪਾਂ ਸੰਯੁਕਤ ਕਿਸਾਨ ਵਾਲੀ ਮੀਟਿੰਗ ਰੱਖੀ ਹੈ, ਇੱਕ ਸਾਰੇ ਸੰਯੁਕਤ, ਇਹਦੇ ਵਿੱਚ ਕਿਸੇ ਜਥੇਬੰਦੀ ਦਾ ਨਹੀਂ ਹੈ, ਜਥੇਬੰਦੀਆਂ ਜਿਵੇਂ ਸਾਰੀਆਂ ਸਾਡੀਆਂ ਸਤਿਕਾਰਯੋਗ ਨੇ ਜਿਹੜੀਆਂ ਉੱਥੇ ਸੰਘਰਸ਼ ਦੇ ਘੋਲ ਦੇ ਵਿੱਚ ਇਸ ਦੇ ਵਿੱਚ ਮੂਹਰੀ ਹੋ ਕੇ ਚੱਲ ਰਹੀਆਂ, ਸਾਰੀਆਂ ਸਾਡੀਆਂ ਜਥੇਬੰਦੀਆਂ ਸਤਿਕਾਰਯੋਗ ਨੇ। ਅਸੀਂ ਇੱਕ ਪਿੰਡ ਲੈਵਲ 'ਤੇ ਕਮੇਟੀ ਬਣਾਈ ਹੈ, ਕਿਉਂ ਇਹ ਨਹੀਂ ਹੈ ਵੀ ਆਪਾਂ ਫਲਾਨੀ ਅੱਜ ਫਲਾਨੀ ਕਮੇਟੀ ਆਪਣਾ ਜਾਂ ਫਲਾਨੀ ਯੂਨੀਅਨ ਦੇ ਥੱਲੇ ਚੱਲਣਾ, ਫਲਾਨੀ ਥੱਲੇ ਉੱਥੇ ਥੋੜ੍ਹਾ ਸੰਘਰਸ਼ ਨੂੰ ਮਤਲਬ ਢਾਹ ਲੱਗਦੀ। ਤਾਂ ਕਰਕੇ ਇੱਕ ਸਾਂਝਾ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਮੇਟੀ ਪਿੰਡ ਨਗਰ ਵਾਲੀਓ ਬਣਾਈ ਹੈ, ਜੋ ਕਿ ਇੱਕ ਪਿੰਡ ਤੋਂ ਆਪਾਂ ਜੋ ਵੀ ਚੀਜ਼ ਦੀ ਲੋੜ ਹੈ ਇਕੱਠੀ ਕਰਕੇ ਉੱਥੇ ਆਪਾਂ ਇਸ ਸੰਘਰਸ਼ ਦੇ ਵਿੱਚ ਅੰਦੋਲਨ ਦੇ ਵਿੱਚ ਹਿੱਸਾ ਪਾ ਸਕੀ ਅਤੇ ਆਪਾਂ ਕਾਨੂੰਨ ਰੱਦ ਕਰਵਾ ਕੇ ਖੁਸ਼ੀ ਖੁਸ਼ੀ ਆਪਣੇ ਘਰ ਆਈਏ। ਸਾਰੇ ਕਿਸਾਨਾਂ ਨੂੰ ਵੀ ਮੇਰੀ ਇਹ ਬੇਨਤੀ ਹੈ ਵੀ ਵੱਧ ਚੜ੍ਹ ਕੇ ਆਪਣੇ ਨਗਰ 'ਚੋਂ ਜਿਹੜੀ ਵੀ ਚੀਜ਼ ਦੀ ਲੋੜ ਹੈ ਕਮੇਟੀ ਬਣਾਵਾਂਗੇ, ਕਮੇਟੀ ਨੂੰ ਦੱਸ ਕੇ ਜਾ ਸਕਦੇ। ਕਿਹੜੀ ਦਿੱਲੀ ਵਿੱਚ ਘਟਨਾ ਹੋਈ, ਉਸ ਤੋਂ ਬਾਅਦ ਇਹ ਅਫਵਾਹ ਫੈਲੀਆਂ ਕਿ ਜਿਹੜਾ ਸੰਘਰਸ਼ ਥੋੜ੍ਹਾ ਮੱਠਾ ਪੈ ਗਿਆ, ਤਾਂ ਤੁਸੀਂ ਉਸ ਨੂੰ ਲੈ ਕੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਜਿਵੇਂ ਤੁਸੀਂ ਉਪਰਾਲਾ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬਲਾਕ ਯੂਨੀਅਨ ਦਾ ਪ੍ਰਧਾਨ, ਪੰਚਾਇਤ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਪੰਚਾਇਤਾਂ, ਮੈਂ ਸਾਰੀਆਂ ਹੋਰ ਪੰਚਾਇਤਾਂ ਨੂੰ ਵੀ ਇਹ ਇੱਕ ਉਮੀਦ ਵੀ ਰੱਖਦਾ ਅਤੇ ਬੇਨਤੀ ਵੀ ਕਰਦਾ, ਉੱਥੇ ਕੋਈ ਸੰਘਰਸ਼ ਮੱਠਾ ਨਹੀਂ ਪਿਆ। ਇੱਕ ਡਰਾਵਾ ਹੁੰਦਾ ਜਿਵੇਂ ਰਾਤ ਵੇਖਿਆ ਆਪਾਂ ਗਾਜ਼ੀਪੁਰ ਬਾਰਡਰ 'ਤੇ ਅਤੇ ਸਿੰਘੂ ਬਾਰਡਰ 'ਤੇ ਥੋੜ੍ਹੀ ਜ਼ਿਆਦਾ ਫੋਰਸ ਲਾਤੀ, ਕਿਉਂ ਵੀ ਕਹੂਆ ਬਣਾਉਣ ਦੀ ਖਾਤਰ ਵੀ ਕਿਸਾਨ ਹੈ ਜਿਹੜੇ ਉਹ ਡਰ ਕੇ ਆਪਾਂ ਆਪਣੇ ਘਰਾਂ ਵੱਲ ਚੱਲਣਾ ਮੱਗ ਜਾਣ, ਪਰ ਜੋ ਕਿਸਾਨ ਉੱਥੇ ਬੈਠੇ ਦ੍ਰਿੜ ਇਰਾਦੇ ਨਾਲ ਬੈਠੇ ਆ, ਸ਼ਾਂਤਮਈ ਬੈਠੇ ਆ। ਮੈਂ ਸਾਰੇ ਪਿੰਡਾਂ ਦੇ ਵਿੱਚ ਵੀ ਅਪੀਲ ਕਰਦਾ ਪੰਚਾਇਤਾਂ ਨੂੰ ਵੀ ਸ਼ਾਂਤਮਈ ਢੰਗ ਨਾਲ ਸਾਰਿਆਂ ਨੂੰ ਇੱਥੇ ਸਮਝਾ ਬੁਝਾ ਕੇ, ਸਾਰਿਆਂ ਨੂੰ ਇੱਥੇ ਸਮਝਾ ਕੇ, ਨੌਜਵਾਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਭੇਜੋ ਵੀ ਉੱਥੇ ਹੁਲੜਬਾਜ਼ੀ ਕੋਈ ਨਹੀਂ ਕਰੀ, ਸ਼ਾਂਤਮਈ ਜਿੱਥੇ ਆਪਣਾ ਕੋਈ ਕੈਂਪ ਲੱਗਿਆ ਜਾਂ ਜਿੱਥੇ ਵੀ ਕੋਈ ਉੱਥੇ ਆਪਾਂ ਰੱਖਣਾ ਧਰਨਾ ਵਗੈਰਾ ਰੱਖਣਾ, ਉੱਥੇ ਸ਼ਾਂਤਮਈ ਬੈਠ ਕੇ ਆਪਣਾ ਅੰਦੋਲਨ ਨੂੰ ਇਸ ਨੂੰ ਆਪਦਾ ਕੰਟੀਨਿਊ ਜਾਰੀ ਰੱਖਣਾ।